सतलुज टीवी ते तुहाडा सारयां दा स्वागत है। मैं हाँ सुरेंद्र सिंह ते टॉकिंग पंजाब शो लैके हाजिर हाँ। जदों पंजाब दे विच मौजूदा हालातों के उत्ते असी चर्चा करते हैं तो सब तो पहला साढ़े सामने एक गल आउंदी है कि पंजाब दे विच जां भारत दे विच मीडिया के उत्ते जिस तरीके नाल शिकंजा कसया जा रहा है उहदे पिछे कारण की ने। सब तो वड्डा कारण यह हुंदा कि लोकां तक जिहड़े असल मुद्दे ने असल गल है वह ना जाए पर इस किस तरीके अंजाम दिता जाता तो किस तरीके सारा कुछ किया जा रहा है ये बारे जो जानना हो सू थोड़ा पिछे जाना होगा। एक साडे कोल एग्जाम्पल है तो उस तो बाद कई होर एग्जाम्पल बन दिया ने। सब तो वड्डी एग्जाम्पल है मित्रोखिन आर्काइव्स। ये किताब वैसली मित्रोखिन जिहड़ा रूस की जिहड़ी इंटैलीजेंस सर्विस सी KGB उहदा एजेंट सी ਇਹ ਬਾਅਦ ਦੇ ਵਿੱਚ ਭੱਜ ਕੇ ਅਮਰੀਕਾ ਚਲਾ ਗਿਆ ਅਤੇ ਉੱਥੇ ਉਸਨੇ ਇਹ ਕਿਤਾਬ ਲਿਖੀ ਅਤੇ ਬਹੁਤ ਸਾਰੇ ਪੱਖਾਂ ਦੇ ਉੱਪਰ ਚਾਨਣਾ ਪਾਇਆ ਖਾਸ ਕਰਕੇ ਜੇ ਭਾਰਤ ਦੇ ਨਾਲ ਰੂਸ ਦੇ ਸੰਬੰਧ ਕਿਵੇਂ ਸਨ ਅਤੇ ਭਾਰਤ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਇੰਦਰਾ ਗਾਂਧੀ ਦੇ ਉੱਤੇ ਉਹਨਾਂ ਨੇ ਗਲਬਾ ਕਿਵੇਂ ਪਾਇਆ ਅਤੇ ਕਿਸ ਤਰੀਕੇ ਨਾਲ ਉਹਨਾਂ ਨੇ ਗਾਈਡ ਕਰਕੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰ ਕੀਤਾ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਵਿਉਂਤਿਆ ਇਹਦੇ ਬਾਰੇ ਬਾਖੂਬ ਚਾਨਣਾ ਪਾਉਂਦੀ ਹੈ ਇਹ ਕਿਤਾਬ। ਇਹਦੇ ਬਾਅਦ ਜਦੋਂ ਅਸੀਂ ਰਾਹ ਦੇ ਸੀਨੀਅਰ ਜਿਹੜੇ ਅਧਿਕਾਰੀ ਸਨ RN ਕਾਓ ਉਸ ਤੋਂ ਬਾਅਦ ਮਲੋਏ ਕ੍ਰਿਸ਼ਨਾਧਰ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਅਤੇ ਅਜੀਤ ਡੋਵਲ ਇਸ ਵੇਲੇ ਕਾਫੀ ਚਰਚਾ 'ਚ ਨੇ ਅਤੇ ਭਾਰਤ ਦੇ ਸੁਰੱਖਿਆ ਸਲਾਹਕਾਰ ਨੇ ਸਭ ਤੋਂ ਵੱਡੇ ਉਹਨਾਂ ਵੱਲੋਂ ਵੀ ਕਾਫੀ ਕੁਛ ਇਹਦੇ ਬਾਰੇ ਲਿਖਿਆ ਗਿਆ ਅਤੇ ਇਹ ਸਾਰਾ ਕੁਛ ਜੋ ਜੇ ਅਸੀਂ ਇਸ ਦਾ ਅਧਿਐਨ ਕਰੀਏ ਤਾਂ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਇਹ ਸਾਰਾ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਅਤੇ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨ ਹੋਏ ਨੇ ਜਾਂ ਇਸ ਵੇਲੇ ਹੈਗੇ ਨੇ ਉਹਨਾਂ ਨੂੰ ਗੁੰਮਰਾਹ ਕਰਨ ਦੇ ਲਈ ਅਤੇ ਇੱਕ ਨੈਰੇਟਿਵ ਬਿਰਤਾਂਤ ਸਿਰਜਣ ਦੇ ਲਈ ਅਜਿਹਾ ਕੀਤਾ ਗਿਆ। ਸਿਰਫ ਅਤੇ ਸਿਰਫ ਜਿਹੜੀ ਸਿੱਖ ਰਾਜ ਦੀ ਗੱਲ ਹੈ ਜਾਂ ਸਿੱਖ ਹੋਮਲੈਂਡ ਦੀ ਗੱਲ ਹੈ ਉਸ ਨੂੰ ਇੱਕ ਭਟਕਿਆ ਹੋਇਆ ਅਤੇ ਇੱਕ ਕਿਸੇ ਅਸੀਂ ਕਹਾਂਗੇ ਕਿ ਇੰਟੈਲੀਜੈਂਸ ਸਰਵਿਸ ਦੀ ਕ੍ਰੀਏਟਿਵਿਟੀ ਅਸੀਂ ਉਹ ਬਿਰਤਾਂਤ ਸਿਰਜਣ ਦੇ ਲਈ ਕ੍ਰੀਏਟਿਵਿਟੀ ਦਰਸਾਉਣ ਦੇ ਲਈ ਇਹ ਸਾਰਾ ਕੁਛ ਕੀਤਾ ਗਿਆ। ਸਮਝ ਆਉਂਦਾ ਜਿਹੜੀ ਮਿਤਰੋਖਿਨ ਦੀ ਕਿਤਾਬ ਹੈ ਮਿਤਰੋਖਿਨ ਆਰਕਾਈਵ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਏਸ਼ੀਆ ਬਾਰੇ ਇੱਕ ਵੱਖਰਾ ਚੈਪਟਰ ਹੈ 312 ਨੰਬਰ ਪੰਨੇ ਤੋਂ ਲੈ ਕੇ ਅਸੀਂ ਦੇਖਦੇ ਹਾਂ ਕਿ ਉਹਦਾ ਜਿਹੜਾ ਹੈ 366 ਪੇਜ ਤੱਕ ਉਹਦਾ ਬਿਰਤਾਂਤ ਉਸਨੇ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਉਹਦੇ ਵਿੱਚ 99% ਗੱਲਾਂ ਸਹੀ ਨੇ 1% ਜਿਹੜੀ ਗੱਲ ਮੈਂ ਕੀਤੀ ਆ ਉਹਦੇ 'ਚ ਇਹ ਬਿਰਤਾਂਤ ਨੂੰ ਸਾਰਾ ਕਿ ਖਾਲਿਸਤਾਨ ਦਾ ਸ਼ਬਦ ਕਿਵੇਂ ਘੜਿਆ ਗਿਆ ਜਾਂ ਪੰਜਾਬ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਉਸਨੂੰ ਕਿਸੇ ਦੀ ਕ੍ਰੀਏਟੀਵਿਟੀ ਦਰਸਾਉਣ ਦੀ ਜਿਹੜੀ ਗੱਲ ਹੈ ਉਹ ਕਰ ਦਿੱਤੀ ਗਈ ਆ ਉਹਦੇ ਵਿੱਚ। ਇਸ ਤੋਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਇਹਨਾਂ ਕਿਤਾਬਾਂ ਦੇ ਪਾਠਕ ਨੇ ਜਾਂ ਚਿੰਤਕ ਨੇ ਸਿੱਖ ਚਿੰਤਕ ਨੇ ਉਹ ਤਾਂ ਭਲੀ ਭਾਂਤ ਜਾਣਦੇ ਨੇ ਪਰ ਇਹ ਤੁਹਾਡੇ ਲਈ ਮੈਂ ਸਾਰੇ ਜਿਹੜੇ ਸਾਡੇ ਪਿਆਰੇ ਦਰਸ਼ਕ ਨੇ ਸੂਝਵਾਨ ਦੋਸਤ ਨੇ ਸਤਿਕਾਰਯੋਗ ਉਹਨਾਂ ਦੇ ਲਈ ਮੈਂ ਇਹ ਗੱਲਬਾਤ ਅੱਜ ਕਰਨ ਜਾ ਰਿਹਾ ਕਿ 312 ਪੰਨੇ ਤੋਂ ਸਟਾਰਟ ਹੁੰਦੀ ਹੈ ਜਿਹੜੇ ਏਸ਼ੀਆ ਦੇ ਅਫੇਅਰਸ ਬਾਰੇ ਮਿਥਰੋਗਿਨ ਲਿਖਦਾ ਉਹਦੇ ਵਿੱਚ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਦਾ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਇਨਫਲੂਐਂਸ ਕੀਤਾ ਜਾਂਦਾ। ਦ ਸਪੈਸ਼ਲ ਰਿਲੇਸ਼ਨਸ਼ਿਪ ਵਿਦ ਇੰਡੀਆ ਪਾਰਟ 1 ਹੈ ਇਹ ਦ ਸੁਪਰਮੇਸੀ ਆਫ ਦ ਇੰਡੀਅਨ ਨੈਸ਼ਨਲ ਕਾਂਗਰਸ। ਇਸ ਅਧਿਆਏ ਦੇ ਵਿੱਚ ਉਹਨੇ ਮਿਤਰੋਖਿਨ ਨੇ ਬਾਖੂਬ ਤਰੀਕੇ ਦੇ ਨਾਲ ਦੱਸਿਆ ਕਿ ਸਾਰਾ ਕੁਛ ਕਿਵੇਂ ਉਹ ਪੈਨੇਟਰੇਟ ਕਰਦੇ ਨੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦੇ ਬਿਲਕੁਲ ਖਾਸ ਜਿਹੜੇ ਆਲੇ ਦੁਆਲੇ ਉਹਦੇ ਲੋਕ ਹੁੰਦੇ ਨੇ ਉੱਥੋਂ ਤੱਕ ਉਹ ਪੈਨੇਟਰੇਟ ਕਰ ਜਾਂਦੇ ਨੇ। ਸੋ ਉਹਦੇ ਬਾਅਦ 331 ਨੰਬਰ ਪੰਨੇ ਦੇ ਉੱਤੇ ਉਹ ਲਿਖਦਾ ਦਾ ਡਿਕਲਾਈਨ ਐਂਡ ਫਾਲ ਆਫ ਕਾਂਗਰਸ। ਇਹਦੇ ਵਿੱਚ ਉਹ ਸਾਰਾ ਬਿਰਤਾਂਤ ਜੋ ਉਹਨਾਂ ਨੇ ਸਿਰਜਿਆ ਉਹਦੇ ਬਾਰੇ ਦੱਸਦੇ ਨੇ ਕਿਵੇਂ ਪਾਕਿਸਤਾਨ ਅਤੇ ਅਮਰੀਕਾ ਨੂੰ ਉਹਨਾਂ ਨੇ ਡੀਫੇਮ ਕੀਤਾ। ਜਦੋਂ ਪਾਕਿਸਤਾਨ ਐਂਡ USA ਨੂੰ ਡੀਫੇਮ ਕਰਦਾ ਰੂਸ ਦੀ KGB ਜਿਹੜੀ ਹੈਗੀ ਆ ਏਜੰਸੀ ਉਹਦੇ 'ਚ ਉਸ ਵੇਲੇ ਅਸੀਂ ਤਾਂ ਉਸ ਵੇਲੇ ਅਖਬਾਰਾਂ ਪੜ੍ਹਦੇ ਰਹੇ ਹਾਂ ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਗੱਲ ਕੀਤੀ ਹੁੰਦੀ ਸੀ ਕਿ ਖਾਲਿਸਤਾਨੀਆਂ ਨੇ ਅਮਰੀਕਾ ਦੇ ਵਿੱਚ ਪਹੁੰਚ ਬਣਾ ਲਈ ਆ ਉਹਨਾਂ ਨੇ ਹਥਿਆਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਨਾਲ ਜਿਹੜੇ ਸੰਬੰਧ ਨੇ। ਸੋ ਜਦੋਂ ਅਸੀਂ ਜਿਹੜੀਆਂ ਦੂਜੀਆਂ ਕਿਤਾਬਾਂ ਨੇ RN ਕਾਓ ਦੀਆਂ ਅਤੇ ਮਲੋਏ ਕ੍ਰਿਸ਼ਨਾਧਰ ਦੀ ਓਪਨ ਸੀਕ੍ਰੇਟ ਕਿਤਾਬ ਬਹੁਤ ਵੱਡੇ ਪੱਧਰ ਦੇ ਉੱਤੇ
ਵਿਕੀ ਆ ਤੇ ਲੋਕਾਂ ਨੇ ਪੜ੍ਹੀ ਵੀ ਹੈ। ਇਹ ਸਾਰੀਆਂ ਕਿਤਾਬਾਂ ਉਸ ਪੱਧਰ ਤੇ ਸਾਨੂੰ ਲੈ ਆਉਂਦੀਆਂ ਨੇ ਜਿੱਥੇ ਅਸੀਂ ਇਹ ਅੰਦਾਜ਼ਾ ਲਾਉਣ ਦੇ ਵਿੱਚ ਬਿਲਕੁਲ ਅਸੀਂ ਮੁਸ਼ਕਲ ਮਹਿਸੂਸ ਨਹੀਂ ਕਰਦੇ ਕਿ ਜਿਹੜਾ ਨਵਾਂ ਵਰਲਡ ਆਰਡਰ ਬਣਨ ਜਾ ਰਿਹਾ, ਖਾਸ ਕਰਕੇ ਅਮਰੀਕਾ ਨੂੰ ਕੱਟਣ ਦੇ ਲਈ ਅਤੇ ਅਮਰੀਕਾ ਨੂੰ ਦਬਾਉਣ ਦੇ ਲਈ, ਉਹ ਜਿਹੜੀ ਨਵੀਂ ਸਫਬੰਦੀ ਹੋ ਰਹੀ ਹੈ ਮੁਲਕਾਂ ਦੀ, ਉਹਦੇ 'ਚ ਭਾਰਤ, ਰੂਸ, ਚੀਨ, ਉੱਤਰੀ ਕੋਰੀਆ ਅਤੇ ਪਾਕਿਸਤਾਨ ਬਹੁਤ ਨੇੜਿਓਂ ਹੋ ਕੇ ਕੰਮ ਕਰ ਰਹੇ ਨੇ। ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਕਿਉਂ? ਪਾਕਿਸਤਾਨ ਦੇ ਵਿੱਚ ਜਦੋਂ ਬੇਨਜ਼ੀਰ ਭੁੱਟੋ ਪ੍ਰਾਈਮ ਮਿਨਿਸਟਰ ਬਣਦੀ ਹੈ ਪਾਕਿਸਤਾਨ ਦੀ, ਤਾਂ ਉਸ ਵੇਲੇ ਪੰਜਾਬ ਦੀ ਜਿਹੜੀ ਖਾੜਕੂ ਲਹਿਰ ਆ ਜਾਂ ਪੰਜਾਬ ਦੇ ਜਿਹੜੇ ਉਸ ਵੇਲੇ ਦੇ ਅਸੀਂ ਕਹਾਂਗੇ ਕਿ ਪੋਲੀਟੀਕਲ ਸਿਨੈਰੀਓ 'ਤੇ ਨਜ਼ਰ ਮਾਰਾਂਗੇ, ਤਾਂ ਉਹਦੇ 'ਚ ਉਸਦਾ ਹੱਥ ਜਿਹੜਾ ਹੈ ਅਸੀਂ ਸਾਫ਼ ਸਾਫ਼ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਉਸ ਵੇਲੇ ਖਾੜਕੂ ਲੁਕੇ ਹੋਏ ਸਨ ਜਾਂ ਉੱਥੇ ਵਿਚਰ ਰਹੇ ਸਨ, ਉਹਨਾਂ ਨੂੰ ਕਿਸ ਤਰੀਕੇ ਨਾਲ ਭਾਰਤ ਭੇਜ ਕੇ ਫਿਰ ਖਤਮ ਕਰਵਾਇਆ ਜਾਂਦਾ। ਸੋ ਇਹ ਗੱਲਾਂ ਬਾਤੀਆਂ ਨੇ, ਪਰ ਇਸ ਵੇਲੇ ਇੱਕ ਜੀ ਬੀ ਸਿੱਧੂ ਕਰਕੇ ਮਸ਼ਹੂਰ ਹੈ, ਸਾਬਕਾ ਮੰਤਰੀ ਸਵਰਨ ਸਿੰਘ, ਪਹਿਲਾ ਵਿਦੇਸ਼ ਮੰਤਰੀ ਵੀ ਹੋਇਆ ਭਾਰਤ ਦਾ, ਉਹਦਾ ਜਵਾਈ ਹੈ ਸਵਰਨ ਸਿੰਘ ਦਾ, ਜੀ ਬੀ ਸਿੱਧੂ ਰਾਹ ਦੇ ਵਿੱਚ ਸੀਨੀਅਰ ਅਧਿਕਾਰੀ ਸੀ ਅਤੇ ਆਰ ਐਨ ਕਾਓ ਮਲੋਏ ਕ੍ਰਿਸ਼ਨਾ ਧਰ ਅਤੇ ਇੰਦਰਾ ਗਾਂਧੀ ਦੇ ਕਾਫ਼ੀ ਨੇੜਲਿਆਂ ਦੇ ਵਿੱਚੋਂ ਸੀ। ਸੋ ਉਸਨੇ ਇੱਕ ਕਿਤਾਬ ਲਿਖੀ ਹੈ ਦਾ ਖਾਲਿਸਤਾਨ ਲਿਖੀ ਹੈ ਉਸਨੇ ਕਿਤਾਬ, ਅਤੇ ਉਹਦੇ 'ਚ ਉਹ ਲਿਖਦਾ ਦ ਖਾਲਿਸਤਾਨ ਕੌਨਸਪੀਰੇਸੀ, ਇਹਦਾ ਔਥਰ ਹੈ ਜੀ ਬੀ ਸਿੱਧੂ। ਉਹਦੇ ਵਿੱਚ ਜਿਸ ਤਰੀਕੇ ਦਾ ਉਹਨੇ ਬਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਆ, ਉਹ ਮਿਤਰੋਖਿਨ ਆਰਕਾਈਵ ਦੇ ਵਿੱਚ ਜਿਹੜੀ ਇੱਕ ਫੇਸ ਦੀ ਹੈ ਕਿ ਇਹ ਸਾਰਾ ਬਿਰਤਾਂਤ ਆ ਜਿਹੜਾ, ਜਾਂ ਇਹ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਆ, ਇਹ ਕਿਸੇ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿਸੇ ਤਾਕਤ ਵੱਲੋਂ। ਸੋ ਉਸੇ ਬਿਰਤਾਂਤ ਨੂੰ ਅੱਗੇ ਤੋਰਦਾ ਉਹ, ਜਿਹੜਾ ਮਲੋਏ ਕ੍ਰਿਸ਼ਨਾ ਧਰ ਦੇ ਉੱਤੇ ਆ ਕੇ ਇੱਕ ਥਾਂ ਦੇ ਉੱਤੇ ਇੱਕ ਸਟੇਜ ਦੇ ਉੱਤੇ ਪਹੁੰਚਦਾ, ਉਹਨੂੰ ਜੀ ਬੀ ਸਿੰਘ ਸਿੱਧੂ ਅੱਗੇ ਤੋਰਦਾ। ਹੁਣ ਜਾਪਦਾ ਇਹ ਹੈ ਕਿ ਇਹ ਜਿਹੜੇ ਬਿਰਤਾਂਤ ਨੂੰ ਅਜਿਹਾ ਜਿਹੜਾ ਤੰਤਰ ਹੈ ਉਹ ਹੋਰ ਅੱਗੇ ਤੋਰੇਗਾ, ਹੋਰ ਅੱਗੇ ਤੱਕ ਲੈ ਕੇ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਤੁਹਾਡੇ ਸਾਹਮਣੇ ਦੇਖਣ ਲਈ ਆ ਸਕਦੀਆਂ ਨੇ, ਜਿਹੜੀਆਂ ਇਸ ਬਿਰਤਾਂਤ ਨੂੰ, ਜਿਹੜੇ ਗੱਲ ਬਿਰਤਾਂਤ ਦੀ ਗੱਲ ਮੈਂ ਕਰ ਰਿਹਾ, ਇਹਨੂੰ ਅੱਗੇ ਤੋਰਨਗੀਆਂ। ਸੋ ਇੱਕ ਕਿਤਾਬ ਆ ਜਿਹੜੀ ਕ੍ਰਿਸਟੋਫਰ ਐਂਟਰੀ ਅਤੇ ਵੈਸਲੀ ਮਿਤਰੋਖਿਨ ਦੀ ਹੈ, ਪੜ੍ਹਨ ਵਾਲੀ ਹੈ, ਮਿਤਰੋਖਿਨ ਆਰਕਾਈਵਸ, ਜਿਨ੍ਹਾਂ ਨੇ ਨਹੀਂ ਪੜ੍ਹੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈ। ਇੱਕ ਕਿਤਾਬ ਦੀ ਮਸ਼ਹੂਰੀ ਲਈ ਕੀਤਾ ਗਿਆ ਪ੍ਰੋਗਰਾਮ ਨਹੀਂ, ਇਹਦੇ ਵਿੱਚ ਬਹੁਤ ਖਾਸ ਗੱਲਾਂ ਸਾਨੂੰ ਪਤਾ ਲੱਗਦੀਆਂ ਨੇ ਤਾਂ ਕਿ ਸਾਡੇ ਜਿਹੜੇ ਦਰਵਾਜ਼ੇ ਨੇ ਉਹ ਖੁੱਲਣਗੇ ਇਹਦੇ ਨਾਲ। ਇੱਕ ਹੋਰ ਕਿਤਾਬ ਹੈ ਸੌਫਟ ਟਾਰਗੇਟ, ਜਿਹੜਾ ਕਨਿਸ਼ਕ ਹਾਦਸਾ ਹੋਇਆ ਸੀ, ਏਅਰਪਲੇਨ ਜਿਹੜਾ ਕ੍ਰੈਸ਼ ਹੋਇਆ ਸੀਗਾ ਜਿਹਦੇ 'ਚ 329 ਲੋਕ ਮਾਰੇ ਗਏ ਸਨ, ਉਹਦੇ ਬਾਰੇ ਕਿਤਾਬ ਆ ਸੌਫਟ ਟਾਰਗੇਟ, ਬ੍ਰਾਇਨ ਮੈਕਐਂਡਰਿਊ ਅਤੇ ਜ਼ੁਹੈਰ ਕਸ਼ਮੀਰੀ ਦੀ ਲਿਖੀ ਹੋਈ। ਜ਼ੁਹੈਰ ਕਸ਼ਮੀਰੀ ਅਕਾਲ ਚਲਾਣਾ ਕਰ ਚੁੱਕੇ ਨੇ, ਬ੍ਰਾਇਨ ਮੈਕਐਂਡਰਿਊ ਅਜੇ ਹੈ ਨੇ। ਸੋ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਬਾਖੂਬ ਤਰੀਕੇ ਨਾਲ ਚਾਨਣਾ ਪਾਇਆ ਕਿ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਸਰਵਿਸ ਹੈ ਜਾਂ ਕੈਨੇਡਾ ਦਾ ਜਿਹੜਾ ਪੋਲੀਟੀਕਲ ਸਟਰਕਚਰ ਆ, ਉਹਦੇ 'ਚ ਇੰਡੀਅਨ ਇੰਟੈਲੀਜੈਂਸ ਸਰਵਿਸਿਜ਼ ਦੀ ਜਿਹੜੀ ਪੈਨੀਟ੍ਰੇਸ਼ਨ ਆ ਉਹ ਕਿਸ ਹੱਦ ਤੱਕ ਹੁੰਦੀ ਹੈ, ਉਹਦੇ 'ਚ ਬਾਖੂਬ ਤਰੀਕੇ ਨਾਲ ਉਹਨਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਿਤਾਬ ਨੂੰ ਜਦੋਂ ਤੁਸੀਂ ਔਨਲਾਈਨ ਸਰਚ ਕਰੋਗੇ ਜਾਂ ਇਹਦੀ ਮੰਗ ਕਰੋਗੇ, ਇਹ ਬਹੁਤ ਰੇਅਰ ਹੈ, ਇਹ ਕਿਤਾਬ ਵੀ ਪੜ੍ਹਨ ਵਾਲੀ ਹੈ, ਇਹ ਕਿਤਾਬ ਤੁਹਾਨੂੰ ਕਿਤੇ ਨਹੀਂ ਮਿਲੇਗੀ। ਸੋ ਇਸ ਤਰੀਕੇ ਨਾਲ ਜਦੋਂ ਅਸੀਂ ਇਹ ਸਾਰਾ ਘਟਨਾਕ੍ਰਮ ਦੇਖਦੇ ਹਾਂ ਕਿ ਰੂਸ ਦੇ ਵਿੱਚ ਕਿਸ ਤਰੀਕੇ ਨਾਲ ਅਮੈਰੀਕਨ ਜਿਹੜੇ ਜਰਨਲਿਸਟ ਨੇ ਉਹਨਾਂ ਨੂੰ ਇਸ ਵੇਲੇ, ਜਾਂ ਅਮੈਰੀਕਨ ਟੀ ਵੀ ਚੈਨਲਸ ਨੇ ਉਹਨਾਂ ਦੇ ਲਈ ਰਿਪੋਰਟਿੰਗ ਕਰਦੇ ਨੇ ਰੂਸ ਦੇ ਵਿੱਚ, ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ, ਹਾਲਾਂਕਿ ਹੈ ਭਾਵੇਂ ਉਹ ਰਸ਼ੀਆ ਦੇ ਹੀ ਨੇ, ਪਰ ਉੱਥੇ ਉਹਨਾਂ 'ਤੇ ਸਪਾਈਂਗ ਦਾ ਜਾਂ ਹੋਰ ਇਸ ਤਰੀਕੇ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ। ਅਤੇ ਉੱਥੋਂ ਦੀ ਰੂਸ ਦੇ ਜਿਹੜੇ ਸਥਾਨਕ ਲੋਕ ਨੇ, ਰਸ਼ੀਅਨ ਲੋਕ ਨੇ, ਉਹਨਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ, ਉਹਨਾਂ ਨੂੰ ਵੀ ਕਿਲ ਕੀਤਾ ਜਾ ਰਿਹਾ। ਸੋ ਉਸੇ ਤਰੀਕੇ ਨਾਲ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ, ਪੰਜਾਬ ਦੇ ਵਿੱਚ ਜੋ ਕੁਛ ਚੱਲ ਰਿਹਾ ਇਸ ਵੇਲੇ ਜਾਂ ਭਾਰਤ ਦੇ ਵਿੱਚ ਚੱਲ ਰਿਹਾ, ਇਸੇ ਤਰੀਕੇ ਨਾਲ ਮੀਡੀਆ ਦੇ ਉੱਤੇ ਜਿਹੜੀਆਂ ਨੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਸੋਸ਼ਲ ਮੀਡੀਆ ਨੂੰ ਮਤਲਬ ਉਹਦੀ ਸੰਘੀ ਕੁੱਟ ਦਿੱਤੀ ਗਈ ਹੈ, ਕੋਈ ਵੀ ਵਿਅਕਤੀ ਕੋਈ ਕਿਸੇ ਤਰੀਕੇ ਦੀ ਗੱਲ ਕੋਈ ਕਰਦਾ, ਸਿੱਖ ਰਾਜ ਦੀ ਗੱਲ ਕਰਦਾ, ਸਿੱਖ ਇਤਿਹਾਸ ਦੀ ਗੱਲ ਕਰਦਾ, ਜਾਂ ਮੌਜੂਦਾ ਸਮੇਂ ਦੇ ਵਿੱਚ ਕਿਸੇ ਤਰੀਕੇ ਨਾਲ ਜੋ ਜੁਝਾਰੂ ਲੋਕ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਉਹਨਾਂ ਦੇ ਕੋਈ ਪੋਸਟਾਂ ਨੂੰ ਲਾਈਕ ਕਰਦਾ, ਉਹਨੂੰ ਉੱਥੇ
ਪਾਬੰਦੀ ਲਾ ਦਿੱਤੀ ਜਾਂਦੀ ਹੈ ਉਹਨੂੰ ਆਈਡੈਂਟੀਫਾਈ ਕਰਕੇ ਉਸਦੇ ਘਰ ਪਹੁੰਚਿਆ ਜਾਂਦਾ ਅਤੇ ਉਸਦੇ ਘਰ ਪੁਲਿਸ ਵਾਲੇ ਉਸ ਤੋਂ ਪੁੱਛਗਿੱਛ ਕਰਦੇ ਨੇ ਉਹਨਾਂ ਦੀਆਂ ਮਾਵਾਂ ਭੈਣਾਂ ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰ ਨੇ ਜਿਹੜੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੋ ਬਹੁਤ ਸਾਰੇ ਮੇਰੇ ਕੋਲ ਇਸ ਵੇਲੇ ਇਸ ਗੱਲ ਦੇ ਪ੍ਰਮਾਣ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਅਜਿਹੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ ਭਾਵੇਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਭਾਰਤ ਦੇ ਵਿੱਚ ਨਹੀਂ ਰਹਿੰਦੇ ਇਸ ਵੇਲੇ ਪੰਜਾਬ ਵਿੱਚ ਨਹੀਂ ਰਹਿੰਦੇ ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੋ ਇਹ ਗੱਲਾਂ ਕਿੱਥੋਂ ਆਉਂਦੀਆਂ ਨੇ ਮਿਤਰੋਖੇਨ ਆਰਕਾਈਵ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਇੱਕ ਗੱਲ ਦਾ ਸਾਨੂੰ ਪਤਾ ਚੱਲਦਾ ਕਿ ਮੀਡੀਆ ਨੂੰ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾਂਦਾ ਤਾਂ ਉਹ ਜਿਹੜੀਆਂ ਪਰਤਾਂ ਨੇ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਸਾਡੇ ਸਾਹਮਣੇ ਅਤੇ ਮੈਨੂੰ ਲੱਗਦਾ ਕਿ ਪੁਤਿਨ ਜੋ ਕੁਛ ਇਸ ਵੇਲੇ ਕਰ ਰਿਹਾ ਜਾਂ ਉਸਦੇ ਵੱਡੇ ਵਡੇਰੇ ਪਹਿਲਾਂ ਕਰ ਗਏ ਨੇ ਉਹਨਾਂ ਦੀਆਂ ਰਾਹਾਂ ਦੇ ਉੱਤੇ ਇਸ ਵੇਲੇ ਉਹ ਜਿਹੜਾ ਨਿਊ ਵਰਲਡ ਆਰਡਰ ਆ ਉਹ ਮੀਡੀਆ ਨੂੰ ਕਾਬੂ ਕਰਕੇ ਉਸ ਦੇ ਵੱਲ ਕਦਮ ਵਧਾਏ ਜਾ ਰਹੇ ਨੇ ਇਹੋ ਜਿਹੀਆਂ ਹੋਰ ਜਾਣਕਾਰੀਆਂ ਲੈ ਕੇ ਮੈਂ ਸਮੇਂ ਸਮੇਂ 'ਤੇ ਹਾਜ਼ਰ ਹੁੰਦਾ ਰਹਾਂਗਾ ਤੁਹਾਡੇ ਸਾਹਮਣੇ ਸਪੋਰਟ ਕਰੋ ਸਾਡੇ ਇਸ ਚੈਨਲ ਨੂੰ ਸਤਲੁਜ ਟੀਵੀ ਨੂੰ ਅਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਜੇ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੈਸੇਜ ਐਟ ਸਤਲੁਜ ਟੀਵੀ .com 'ਤੇ ਸਾਨੂੰ ਸੁਨੇਹਾ ਦੇ ਸਕਦੇ ਹੋ ਅਤੇ ਸਾਡੀ ਵੈਬਸਾਈਟ ਸਤਲੁਜ ਨੈੱਟਵਰਕ .com 'ਤੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੋ ਵੇਅਰ ਨੋ ਵਨ ਹੈਜ਼ ਗੋਨ ਬਿਫੋਰ Between the sounds of bombs and the whisperings, echoes of truth, confronting power with courage, and lighting the darkest shadows to inform and inspire, flowing with truth and charting our own path. Satluj Network, let the truth flow.